Hello, I'm going to read Handa's story today in Punjabi, written by Alan Brown. And this is Handa. Handa ne sat swadi phal apni saheli Akyo layi tokri vich rakhe. Yeh hai ke sat swadi fruit usne apni friend Akyo layi tokri vich rakhe. ਉਹ ਹੈਰਾਨ ਹੋਏਗੀ ਹਾਂਡਾ ਨੇ ਸੋਚਿਆ ਫਿਰ ਆਕਿਓ ਦੇ ਪਿੰਡ ਵੱਲ ਤੁਰ ਪਈ ਤੇ ਹਾਂਡਾ ਆਪਣੇ ਸਿਰ ਤੇ ਬਾਸਕਟ ਰੱਖ ਕੇ ਆਪਣੀ ਫਰੈਂਡ ਆਕਿਓ ਦੇ ਪਿੰਡ ਵੱਲ ਤੁਰ ਪਈ ਮੈਂ ਹੈਰਾਨ ਹਾਂ ਉਹ ਕਿਹੜੇ ਫਲ ਨੂੰ ਵੱਧ ਪਸੰਦ ਕਰੇਗੀ ਉਹ ਸੋਚ ਰਹੀ ਹੈ ਕਿ ਉਹ ਕਿਹੜੇ ਫਲ ਨੂੰ ਵੱਧ ਪਸੰਦ ਕਰੇਗੀ ਕਿ ਉਹ ਹਲਕੇ ਪੀਲੇ ਕੇਲੇ ਨੂੰ ਪਸੰਦ ਕਰੇਗੀ ਤੇ ਇਹ ਮੰਕੀ ਆ ਕੇ ਉਸ ਦੀ ਬਾਸਕਟ ਵਿੱਚੋਂ ਕੇਲਾ ਚੋਰੀ ਕਰ ਲੈਂਦਾ ਆ ਪਰ ਉਸ ਨੂੰ ਪਤਾ ਵੀ ਨਹੀਂ ਜਾਂ ਮਿੱਠੇ ਖੁਸ਼ਬੂਦਾਰ ਅਮਰੂਦ ਨੂੰ ਤੇ ਉੱਪਰੋਂ ਜੀ ਔਸਟ੍ਰਿਚ ਆ ਕੇ ਉਸਦੀ ਬਾਸਕਟ ਵਿੱਚੋਂ ਅਮਰੂਦ ਚੋਰੀ ਕਰ ਲੈਂਦਾ ਦੈਨ ਕੀ ਉਹ ਗੋਲ ਰੰਗੀਲੇ ਸੰਤਰੇ ਨੂੰ ਪਸੰਦ ਕਰੇਗੀ ਤੇ ਜੈਬਰਾ ਆ ਕੇ ਉਸਦੀ ਬਾਸਕਟ ਵਿੱਚੋਂ ਸੰਤਰੇ ਨੂੰ ਵੀ ਚੋਰੀ ਕਰ ਲੈਂਦਾ ਜਾਂ ਪੱਕੇ ਹੋਏ ਲਾਲ ਰੰਗ ਦੇ ਅੰਬ ਨੂੰ ਤੇ ਅੰਬ ਆ ਕੇ ਉਸ ਐਲੀਫੈਂਟ ਆ ਕੇ ਉਸਦੇ ਅੰਬ ਨੂੰ ਵੀ ਬਾਸਕਟ ਵਿੱਚੋਂ ਚੋਰੀ ਕਰ ਲੈਂਦਾ कि वह मेखा वर्गे तिखे पत्तियां वाले अनानास नू पसंद करेगी ते जिराफ आके उसकी बास्केट विचों अनानास नू भी चोरी कर लेंदा हरा क्रीमी एवोकाडो ते एंटीलोप आके एवोकाडो नू भी चोरी कर लेंदा जा चटपटा जामनी पैशन फ्रूट ते पैरट आके उसकी बास्केट विचों पैशन फ्रूट भी चोरी कर लेंदा ते हुण उसकी बास्केट खाली हो गई ਅਤੇ ਉਧਰੋਂ ਜੀ ਗੁੱਟ ਆਉਂਦੀ ਆ ਅਤੇ ਉਹ ਸੰਤਰੇ ਦੇ ਦਰਖਤ ਨੂੰ ਹਿਲਾ ਦਿੰਦੀ ਆ ਅਤੇ ਉਸਦੇ ਸਾਰੇ ਸੰਤਰੇ ਆ ਕੇ ਹਾਂਡਾ ਦੀ ਬਾਸਕਟ ਵਿੱਚ ਪੈ ਜਾਂਦੇ ਆ ਆਕੇ ਉਹ ਕਿਹੜੇ ਫਲ ਨੂੰ ਸਭ ਤੋਂ ਵੱਧ ਪਸੰਦ ਕਰੇਗੀ ਅਤੇ ਇਹ ਹਾਂਡਾ ਉਸਦੀ ਫਰੈਂਡ ਆਕੇ ਉਹ ਕਹਿੰਦੀ ਆ ਹੈਲੋ ਆਕੇ ਆ ਹਾਂਡਾ ਨੇ ਕਿਹਾ ਤੇਰੇ ਲਈ ਸਰਪ੍ਰਾਈਜ਼ ਹੈ ਸੰਤਰੇ ਆਕੇ ਉਹ ਨੇ ਕਿਹਾ ਮੇਰਾ ਮਨ ਪਸੰਦ ਫਲ ਸੰਤਰੇ ਹਾਂਡਾ ਨੇ ਕਿਹਾ ਇਹ ਸਰਪ੍ਰਾਈਜ਼ ਹੀ ਹੈ ਕਿਉਂਕਿ ਹਾਂਡਾ ਨੂੰ ਵੀ ਨਹੀਂ ਪਤਾ ਸੀ ਕਿ ਉਸਦੀ ਬਾਸਕਟ ਵਿੱਚ ਸੰਤਰੇ ਹਨ ਕਿਉਂਕਿ ਉਸਨੇ ਤਾਂ 7 ਤਰ੍ਹਾਂ ਦੇ ਫਰੂਟ ਆਪਣੀ ਸਹੇਲੀ ਲਈ ਬਾਸਕਟ ਵਿੱਚ ਰੱਖੇ ਸੀ ਅਤੇ ਉਹ ਕਹਿਣ ਲੱਗੀ ਹਾਂ ਇਹ ਸਰਪ੍ਰਾਈਜ਼ ਹੀ ਹੈ ਅਤੇ ਦੋਨੇ ਫਰੈਂਡ ਮਿਲ ਕੇ ਸੰਤਰੇ ਖਾਣ ਲੱਗੀਆਂ ਇਹ ਸੀ ਸਾਡੀ ਅੱਜ ਦੀ ਸਟੋਰੀ ਥੈਂਕ ਯੂ